बब्बू मान एक दिलचस्प ना है, जो भी तुसी उन्हां दा ना सुनदे हो बहुत सारे लोग एक्साइट हुंदे ने। उन्होंने पैरा लगदा तो लैके जो ठीकरी पैरे लग्या करदे सन हुण तक जिहड़े गीत लिखे ने उस समय दे, जिस समय दे विच तब्दीली आउंदी चली गई, भावें उह सियासत सी, फिर उस तों बाद प्यार मुहब्बत की गल भी चली, और बाबियां बारे संतां बारे गल कि उन्होंने कोई टॉपिक छड्डिया नहीं जिहदे ते कोई गीत ना लिखिया होवे। ये ज्यों ज्यों समाज दे विच तब्दीलियां आउंदियां गईयां उह इन्हां दे गीतां च रिफलैक्ट हुंदियां गईयां। फिर फिल्मां की गल करदे आं, उह एक गाउण वाले ही नहीं सगों एक अदाकार भी हन, एक्टर भी ने, ते उन्हां दी जिहड़ियां फिल्मां सी उन्हां दे विच भी वखरा सुनेहा सी। हुण उह उत्तरी अमरीका दे दौरे ते आए हुए ने ते साडे स्टूडियोज़ दे विच हन। बब्बू मान जी, जयान खबर लगती है ਉਹਦੇ 'ਚ ਕਈ ਸਟਾਇਰ, ਕਈ ਵਿਅੰਗ, ਕਈ ਔਰਤਾਂ ਦੇ ਮੁਤਲਕ ਗੱਲਾਂ, ਕਈ ਸਿਆਸਤ ਦੇ ਬਾਰੇ ਗੱਲਾਂ ਬਾਤਾਂ, ਸੁਸਾਇਟੀ ਨੂੰ ਰਿਫਲੈਕਟ ਕਰਨ ਲਈ ਜੇ ਤੁਹਾਡੇ ਗੀਤ ਸੁਣੇ ਜਾਣ ਤਾਂ ਪਤਾ ਲੱਗਦਾ ਰਹਿੰਦਾ ਕਿ ਉਸ ਵਕਤ ਕੀ ਹੋ ਰਿਹਾ ਸੀ। ਮਨੋਰੰਜਕ ਜਿਹੜਾ ਮਨੋਰੰਜਨ ਕਰਦਾ ਉਹਦਾ ਫਰਜ਼ ਬਣਦਾ ਜੇ ਲਿਖਦਾ ਕਿ ਉਹ ਹਰ ਨੀਰਸ ਸਬਜੈਕਟ 'ਤੇ ਵੀ ਲਿਖੇ ਜਿਹਦੇ 'ਤੇ ਨਹੀਂ ਕਿਸੇ ਨੇ ਲਿਖਿਆ। ਇਕੱਲਾ ਰੋਮਾਂਸ ਗਾਇਆ ਜਾ ਸਕਦਾ ਜੇ ਕਹਾਣੀ ਹੋਵੇ ਫਿਲਮ ਦੀ, ਉਹਦੇ ਮੁਤਾਬਿਕ ਨਿੱਜੀ ਜ਼ਿੰਦਗੀ ਤੁਸੀਂ ਰੋਮਾਂਟਿਕ ਗਾਣੇ ਗਾਉਂਦੇ ਹੋ ਕਿਉਂਕਿ ਉਹ ਜਵਾਨੀ ਜਿਹੜੀ ਤੁਹਾਨੂੰ ਫੋਲੋ ਕਰਦੀ ਹੈ ਉਹਨਾਂ ਲਈ ਹੁੰਦੇ। ਬਟ ਇੱਕ ਲੇਖਕ ਦਾ ਫਰਜ਼, ਗਾਇਕ ਕੋਲ ਤਾਂ ਇਹ ਸੋਚ ਨਹੀਂ ਹੋ ਸਕਦੀ, ਉਹਦਾ ਤਾਂ ਉਹਨੂੰ ਤਾਂ ਗਾਣਾ ਚਾਹੀਦਾ, ਉਹਨੂੰ ਲੱਗਦਾ ਜਿਹੜਾ ਡੀਜੇ 'ਚ ਵੱਜੂਗਾ ਉਹ ਗਾਣਾ ਹੁੰਦਾ। ਮੇਰਾ ਖਿਆਲ ਇਹ ਹੈ ਕਿ ਗਾਣਾ ਹਰ ਤਰ੍ਹਾਂ ਦਾ ਹੋਣਾ ਚਾਹੀਦਾ, ਕਿਉਂਕਿ ਬਜ਼ੁਰਗ ਲਈ ਵੀ ਹੋ, ਗਰੀਬ ਲਈ ਵੀ, ਅਮੀਰ ਲਈ ਵੀ, ਹਰ ਬੰਦੇ ਲਈ ਗਾਣਾ 24 ਆਵਰ ਗਾਣਾ। ਸੋ ਉਹਦੇ ਲਈ ਤਾਂ ਫਿਰ ਸਾਨੂੰ ਸਬਜੈਕਟ ਲੱਭਣੇ ਪੈਣਗੇ ਅਲੱਗ ਅਲੱਗ। ਜਿਉਂ ਜਿਉਂ ਤੁਹਾਡੇ ਗੀਤਾਂ ਦੀ ਗੁੱਡੀ ਚੜ੍ਹਦੀ ਗਈ ਤਿਉਂ ਤਿਉਂ ਤੁਹਾਡੇ 'ਚ ਦਿਲਚਸਪੀ ਵੱਧਦੀ ਗਈ ਜ਼ਾਤੀ ਤੌਰ ਦੇ ਉੱਤੇ, ਕਿਉਂਕਿ ਤੁਹਾਡਾ ਜਿਹੜਾ ਸੁਭਾਅ ਸੀ, ਤੁਹਾਡੀ ਗੱਲਬਾਤ ਸੀ, ਜਾਂ ਤੁਹਾਡੇ ਐਕਸ਼ਨ ਸੀ, ਜ਼ਿੰਦਗੀ ਜਿਉਣ ਦਾ ਤਰੀਕਾ ਸੀ, ਉਹ ਬਾਕੀ ਗਾਉਣ ਵਾਲਿਆਂ ਨੂੰ ਵੱਖਰਾ ਸੀ। ਹੁਣ ਮੇਰੇ ਖਿਆਲ ਕਈ ਸਾਲ ਹੋ ਗਏ ਮੈਂ ਤੁਹਾਡੀ ਇੰਟਰਵਿਊ ਕੀਤੀ, ਤੁਸੀਂ ਇਹ ਗੱਲ ਇਕਵਾਲ ਵੀ ਕੀਤੀ ਕਿ ਯੈਸ ਮੈਂ ਇੱਕ ਲਾਪਰਵਾਹ ਕਿਸਮ ਦਾ ਮੁੰਡਾ, ਔਰ ਮੇਰਾ ਸੁਭਾਅ ਵੀ ਦੂਜਿਆਂ ਨਾਲੋਂ ਵੱਖਰਾ ਹੈ, ਲੜਨ ਪਿੰਡ ਵਾਲੇ ਵੀ ਤੁਸੀਂ ਹੈਗੇ ਹੋ। ਹੁਣ ਵਕਤ ਦੇ ਗੁਜ਼ਰ ਨਾਲ ਕੋਈ ਤਬਦੀਲੀ ਮਹਿਸੂਸ ਕਰਦੇ ਹੋ? ਮੈਚਿਓਰਿਟੀ ਤਾਂ ਆਉਂਦੀ ਆ ਗਈ ਨਹੀਂ, ਇਹ ਤਾਂ ਹੁਣ ਤੁਸੀਂ ਦੱਸ ਸਕਦੇ ਹੋ ਸਿਆਣਿਆਂ ਸਾਹਿਬ ਤੋਂ। ਬਟ ਇਹ ਹੈ ਕਿ ਜਿਵੇਂ ਜਿਵੇਂ ਜ਼ਿੰਮੇਵਾਰੀ ਵੱਧਦੀ ਜਾਂਦੀ ਹੈ, ਲਾਪਰਵਾਹੀ ਤੋਂ ਬਾਅਦ ਜਦੋਂ ਪਿਆਰ ਬਹੁਤ ਜ਼ਿਆਦਾ ਮਿਲ ਜਾਂਦਾ ਬੰਦੇ ਨੂੰ, ਮੋੜਾ ਮੋਹੀ ਪਿਆਰ, ਮੈਨੂੰ ਲੱਗਦਾ ਨਹੀਂ ਕਿਸੇ ਗਾਉਣ ਵਾਲੇ ਨੂੰ ਜਦੋਂ ਤੋਂ ਗਾਇਕੀ ਸ਼ੁਰੂ ਹੋਈ ਹੈ ਇਸ ਤਰ੍ਹਾਂ ਦਾ ਪਿਆਰ ਸ਼ਾਇਦ ਤੁਹਾਨੂੰ ਵੀ ਦੇਖਣ ਨੂੰ ਮਿਲਦਾ ਹੋਊਗਾ। ਕੋਈ ਮੁੰਡਾ ਟੈਟੂ ਬਣਾਵੇ, ਕੋਈ ਮੁੰਡਾ ਆਪਣੀ ਗਰਲਫ੍ਰੈਂਡ ਦਾ ਟੈਟੂ ਬਣਾਵੇ, ਉਹ ਤਾਂ ਮੰਨਿਆ, ਉਹ ਗਾਇਕ ਦਾ ਟੈਟੂ ਬਣਾਵੇ, ਉਹ ਟੈਟੂ ਤਾਂ ਅਮਿਤਾਭ ਬੱਚਨ ਦੇ ਵੀ ਨਹੀਂ ਬਣੇ, ਐਡਾ ਵੱਡਾ ਸਟਾਰ ਹੈ। ਇਹ ਤਾਂ ਆਪਣੇ ਹਿੱਸੇ ਆਈ ਹੈ, ਟੈਟੂ ਤਾਂ ਮੈਨੂੰ ਲੱਗਦੀ ਸ਼ਾਇਦ ਤੁਹਾਡੇ ਇਹਦੇ 'ਚ ਮੇਰੇ ਕੁਛ ਫੈਨ ਇੱਕ ਦਿਨ ਇਕੱਠੇ ਹੋ ਕੇ ਮੈਨੂੰ ਮਿਲੇ ਸੀ, ਉਹ ਕਹਿੰਦੇ ਵੀ ਅਸੀਂ ਉਹਦੇ 'ਚ ਭੇਜਣਾ ਜਿਹੜੇ ਰਿਕਾਰਡ ਲਿਮਕਾ ਆ ਗਿਨੀਜ਼। ਮੈਂ ਕਿਉਂ, ਕਹਿੰਦੇ ਹੈ ਹੀ ਨਹੀਂ ਕਿਸੇ ਦੇ ਫੈਨ, ਅਸੀਂ ਰੋਜ਼ ਨੈੱਟ ਚੈੱਕ ਕਰਦੇ। ਇੰਨਾ ਪਿਆਰ ਤੋਂ ਬਾਅਦ ਫਿਰ ਬੰਦੇ ਦੀ ਗਰਦਨ ਵਹਿ ਗਿਰ ਜਾਂਦੇ। ਬਾਕੀ ਇਹ ਹੈ ਕਿ ਤੁਸੀਂ ਆਪਦੀ ਜ਼ਿੰਦਗੀ ਆਪਦੀਆਂ ਸ਼ਰਤਾਂ 'ਤੇ ਜਿਉਂਦੇ ਹੋ, ਉਹ ਮੜਕ ਕਦੇ ਵੀ ਨਾ ਛੱਡੋ, ਪਰ ਦੁਨੀਆਦਾਰੀ ਲਈ ਤਾਂ ਪਿਆਰ ਪਹਿਲਾਂ ਵੀ ਸੀ, ਹੱਕ ਸੱਚ ਲਈ ਤਾਂ ਆਪਾਂ ਪਹਿਲਾਂ ਵੀ ਲਿਖਦੇ ਸੀ। ਇਹ ਜਿਹੜੀ ਅੱਜ ਕੱਲ੍ਹ ਆਮ ਆਪਾਂ ਨੋਰਮਲ ਜ਼ਿੰਦਗੀ 'ਚ ਜਿਹੜੀ ਜਿੱਥੋਂ ਸਾਡੇ ਸਿਆਸੀ ਰੰਗ ਸ਼ੁਰੂ ਹੁੰਦੇ ਆ ਅੱਜ ਕੱਲ੍ਹ ਪੰਜਾਬ ਦੇ, ਜਾਂ ਹੁਣ ਵੋਟਾਂ ਦੇ ਦਿਨ ਆ ਸਾਡੇ, ਕਾਫ਼ੀ ਦਿਲਚਸਪ ਦਿਨ ਆ। ਇਹ ਅਸੀਂ ਤਾਂ ਬਹੁਤ ਸਾਲ ਪਹਿਲਾਂ ਹੀ ਆਪਾਂ ਕਹਿੰਦੇ ਸੀ ਵੀ 32 ਲਾਲ ਜਦੋਂ ਲੰਘੇ ਸਾਡੇ ਮਾਰ ਦੀਏ ਡੰਡੇ, ਆਪਾਂ ਤਾਂ BAP ਕਲਚਰ ਦੇ ਵੈਸੇ ਹੀ ਗਏ ਸੀ, ਤਾਂ ਉਹੀ ਅੱਜ ਧੁਰੇ ਬਣਿਆ ਹੋਇਆ। ਤਾਂ ਬੇਸਿਕਲੀ ਗੀਤ ਇੱਕ ਖੋਜ ਵੀ ਹੈ, ਨਵੀਆਂ ਨਵੀਆਂ ਚੀਜ਼ਾਂ ਆਪਾਂ ਯਾਦ ਵੀ ਕਰਦੇ ਹਾਂ, ਉਹ ਨਵੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਜ਼ਹਿਨ 'ਚ ਵੀ ਆਉਂਦੀਆਂ, ਸ਼ਾਇਦ ਇਸੇ ਕਰਕੇ ਇੰਨਾ ਪਿਆਰ ਹੈ। ਤੁਹਾਡੇ ਕਾਫ਼ੀ ਸਾਥੀ ਜਿਹੜੇ ਆ ਵੱਖ ਵੱਖ ਸਿਆਸੀ ਪਾਰਟੀਆਂ 'ਚ ਚਲੇ ਗਏ, ਤੁਹਾਡੇ ਕਈ ਮਿੱਤਰ ਵੀ ਸੀ ਜਿਹੜੇ ਚਲੇ ਗਏ, ਤੁਹਾਡੇ ਬਾਰੇ ਵੀ ਗੱਲਾਂ ਚੱਲਦੀਆਂ ਨੇ, ਤੁਸੀਂ ਜਾ ਰਹੇ ਹੋ ਕਿਸੇ ਪਾਰਟੀ 'ਚ? ਦੇਖੋ ਸਮਝੇ ਨਹੀਂ ਤੁਸੀਂ, ਵੋਟਾਂ ਕਿੱਥੇ ਹੋ ਰਹੀਆਂ ਪੰਜਾਬ 'ਚ, ਕਾਂਗਰਸੀ ਕੌਣ ਹੈ? ਪੰਜਾਬੀ, ਅਕਾਲੀ ਦਲ ਵੀ ਪੰਜਾਬੀ, ਆਮ ਆਦਮੀ ਪਾਰਟੀ ਪੰਜਾਬੀ, ਬਸਪਾ ਵੀ ਪੰਜਾਬੀ, ਕਾਮਰੇਡ ਵੀ ਪੰਜਾਬੀ, ਜੀਤੂ ਤਾਂ ਕੋਈ ਇੱਕ ਪਾਰਟੀ, ਫਿਰ ਆਪਾਂ ਤਾਂ ਫਿਰ ਇੱਕ ਦੇ ਹੋ ਗਏ ਨਾ ਜੀ, ਬਾਕੀਆਂ ਦੇ ਦਿਲਾਂ 'ਚ ਨਹੀਂ ਨੱਥਣਾ ਆਪਾਂ। ਸਿਆਸਤ ਤੁਹਾਨੂੰ ਸੀਮਤ ਕਰਦੀ ਹੈ, ਅਲਟੀਮੇਟਲੀ ਤੁਸੀਂ ਇੱਕ ਚੀਜ਼ ਸੋਚ ਕੇ ਚਲੋ, ਆਪਾਂ ਗਾਉਂਦੇ ਹਾਂ ਇਹ ਜਿਹੜੀਆਂ ਆਮ ਪਾਰਟੀਆਂ ਗੱਲਾਂ ਕਰਦੀਆਂ ਗਰੀਬ ਗੁਰਬੀ ਦੀਆਂ, ਆਪਾਂ ਤਾਂ ਦਿਨ ਰਾਤ ਇਹਦੇ 'ਤੇ ਹੀ ਲੱਗੇ ਹੋਏ। ਮੈਂ ਤਾਂ ਹਸ਼ਰ ਫਿਲਮ ਐਡੀ ਹਿੱਟ ਹੋ ਗਈ ਸੀ, ਉਦੋਂ ਬਾਅਦ ਮੈਨੂੰ ਕੰਪਨੀ ਵਾਲੇ ਕਹਿੰਦੇ ਹਸ਼ਰ 2 ਬਣਾ, ਮੈਂ ਕਿਹਾ ਨਹੀਂ ਮੈਂ ਤਾਂ ਇਹ ਕੰਮ ਬਣਾਉਣੇ, ਉਹ ਕਹਿੰਦੇ ਇਹ ਕਿਹਾ, ਮੈਂ ਕਿਹਾ ਇਹ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ, ਉਹ ਕਹਿੰਦੇ ਨਹੀਂ ਨਹੀਂ ਤੁਸੀਂ ਆਪ ਹੀ ਬਣਾ ਲਓ, ਮੈਂ ਕਿਹਾ ਬਣਾਵਾਂਗਾ। ਸੋ ਮੇਰੇ ਹਿਸਾਬ 'ਚ ਕੀ ਹੁੰਦਾ ਕਿ ਜਦੋਂ ਸੱਤਾ ਤਾਂ ਸੱਤਾ, ਕੁਰਸੀ ਤਾਂ ਕੁਰਸੀ ਹੈ, ਗੀਤ ਉਹ ਤੋਂ ਪਰੇ ਹੈ, ਗੀਤ ਸਿਸਟਮ ਦੇ ਖਿਲਾਫ ਹੈ।
ਤੇ ਜੇ ਆਪਾਂ ਉਸ ਸਿਸਟਮ 'ਚ ਜਾ ਕੇ ਆਪ ਹੀ ਖੜੇ ਹੋ ਗਏ, ਮੰਨ ਲਓ ਧਰਨੇ ਤੋਂ ਇੱਕ ਦਿੱਲੀ ਸਰਕਾਰ ਬਣ ਗਈ, ਪਰ ਅੱਜ ਜਦੋਂ ਉਹਨਾਂ ਦੇ ਸਾਹਮਣੇ ਧਰਨਾ ਲੱਗਦਾ ਫਿਰ ਕਿੱਦਾਂ ਲੱਗਦਾ? ਸੋ ਮੈਨੂੰ ਲੱਗਦੀ ਹੈ ਕਲਾਕਾਰ ਇੱਦਾਂ ਹੀ ਸੋਹਣਾ ਲੱਗਦਾ, ਪਰ ਮੈਨੂੰ ਲੱਗਦਾ ਜਿਸ ਹਿਸਾਬ 'ਚ ਪ੍ਰੋਗਰਾਮ ਘਟੇ ਹੋਏ ਬਹੁਤ ਗਾਉਣ ਵਾਲੇ ਇਹਨਾਂ ਪਾਰਟੀਆਂ ਨੂੰ ਜੁਆਇਨ ਕਰਨਗੇ। ਕਦੇ ਕਦੇ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਤੁਸੀਂ ਕਿ ਬਹੁਤ ਸੈਂਸੀਬਲ ਵਧੀਆ ਗੀਤ ਲਿਖਦੇ ਹੋ, ਉਹ ਗਾ ਵੀ ਵਜਦੇ ਨੇ, ਹਿੱਟ ਹੋ ਜਾਂਦਾ, ਫਿਰ ਕੋਈ ਇਸ ਤਰ੍ਹਾਂ ਦਾ ਗੀਤ ਆ ਜਾਂਦਾ ਉਸ ਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਕਰ ਦਿੰਦੀਆਂ ਨੇ, ਉਹ ਬਿਲਕੁਲ ਲੱਗਦਾ ਨਹੀਂ ਉਹੀ ਬੱਬੂ ਮਾਨ। ਪੈਟਰਨ ਜਿਹੜਾ ਉਹ ਬਹੁਤ ਵਰਸੇਟਾਈਲ ਹੈ। ਗਾਣਾ ਸਬਜੈਕਟ, ਗਾਣਾ ਇੱਕ ਸਬਜੈਕਟ ਹੈ, ਉਹ ਜਿਸ ਤਰ੍ਹਾਂ ਦੇ ਸਬਜੈਕਟ ਨੂੰ ਤੁਸੀਂ ਛੂਹੋਗੇ ਤਾਂ ਫਿਰ ਉਹਦੇ ਵਰਗਾ ਹੀ ਲਿਖਣਾ ਪਊਗਾ ਤੁਹਾਨੂੰ। ਜੇ ਆਪਾਂ ਕੋਈ ਵੈਪਨ ਦੀ ਗੱਲ ਕਰਦੇ ਹਾਂ, ਉਹਦੇ 'ਚ ਆਪਾਂ ਇਹ ਨਹੀਂ ਕਹਿ ਰਹੇ ਵੀ ਕਿਸੇ ਨੂੰ ਮਾਰ ਦਿਉ ਜਾਂ ਕਿਸੇ 'ਤੇ ਅਟੈਕ ਕਰ ਦਿਉ। ਵੈਪਨ ਹਮੇਸ਼ਾ ਸੈਲਫ ਡਿਫੈਂਸ ਲਈ ਹੁੰਦਾ, ਨੋਟ ਟੂ ਅਟੈਕ। ਨਿੱਜੀ ਜ਼ਿੰਦਗੀ 'ਚ ਤੁਸੀਂ ਇਹਨਾਂ ਮੁਲਕਾਂ 'ਚ ਵੀ ਰਹਿੰਦੇ ਹੋ, ਤੁਹਾਨੂੰ ਇਹ ਕਹਿੰਦੇ ਵੀ ਡਿਫੈਂਸਿਵ ਹੋਣਾ ਤਾਂ ਕੋਈ ਮਾੜੀ ਗੱਲ ਨਹੀਂ। ਸੋ ਉਹ ਕਿਸੇ ਦੇ ਸ਼ੌਕ ਆਪਾਂ ਲਿਖਦੇ ਹਾਂ, ਉਹ ਇੱਕ ਸਬਜੈਕਟ ਹੈ, ਉਹ ਸਬਜੈਕਟ ਨੂੰ ਉਸੇ ਤਰ੍ਹਾਂ ਲਿਖਿਆ ਜਾ ਸਕਦਾ। ਕਿਸੇ ਵੀ ਸਬਜੈਕਟ 'ਚ ਜਿੰਨਾ ਚਿਰ ਉਹਦੀ ਪੂਰੀ ਡਿਟੇਲ ਨਹੀਂ ਲਿਖੋਗੇ ਫਿਰ ਉਹ ਗਾਣਾ ਹੀ ਨਹੀਂ ਚੰਗਾ ਲੱਗੂਗਾ ਤੁਹਾਨੂੰ। ਅੱਛਾ, ਫਿਲਮਾਂ ਥੋੜ੍ਹੀ ਵਾਕਈ ਗੱਲ ਠੀਕ ਹੈ ਕਿ ਜਿਹੜੀ ਤੁਸੀਂ ਫਿਲਮ ਬਣਾਈ ਸੀ ਉਹਦਾ ਵੱਖਰਾ ਥੀਮ ਸੀ, ਵੱਖਰੀ ਗੱਲਬਾਤ ਸੀ, ਉਸ ਤੋਂ ਬਾਅਦ ਫਿਰ ਠੰਡਾ ਪੈ ਗਿਆ ਕੰਮ? ਉਸ ਤੋਂ ਬਾਅਦ ਮੈਂ ਇਹ ਅਸਲ 'ਚ ਸਿਨੇਮਾ ਦੀ ਕੋਈ ਨਾ ਇਹਦੀ ਕੋਈ ਗ੍ਰਾਮਰ ਨਹੀਂ, ਇਹ ਐਸਾ ਅਜੀਬ ਬਿਜ਼ਨਸ ਹੈ, ਜਾਂ ਹੈ ਕਰੋੜਾਂ 'ਚ ਜਾਂ ਜ਼ੀਰੋ ਹੈ। ਇੱਕ ਫਿਲਮ 'ਚ ਡਿਸਟ੍ਰੀਬਿਊਟਰ ਠੱਗੀ ਕਰ ਗਿਆ ਤਾਂ ਤੁਹਾਡਾ ਪ੍ਰੋਡਕਸ਼ਨ ਹਾਊਸ ਬੰਦ ਹੋ ਜਾਂਦਾ। ਕੁਛ ਇਸੇ ਤਰ੍ਹਾਂ ਦੇ ਹਾਦਸਾ ਲਾਸਟ ਫਿਲਮ ਮੇਰੇ ਸਾਡੇ ਨਾਲ ਹੋਏ ਸੀ, ਤਾਂ ਉਸ ਤੋਂ ਬਾਅਦ ਰਿਕਵਰੀ ਨਹੀਂ ਹੋਈ ਸਾਡੀ, ਇਸ ਕਰਕੇ ਸ਼ਾਇਦ ਫਿਲਮ ਨਹੀਂ ਬਣਾ ਪਾਇਆ। ਬਟ ਮੈਂ ਵੀ ਰੱਬ ਸੁੱਖ ਰੱਖੇ ਨੈਕਸਟ ਈਅਰ ਤੋਂ ਫਿਰ ਸ਼ੁਰੂ ਕਰ ਦਾਂਗਾ। ਅੱਜ ਸੰਸਾਰ 'ਚ ਜਿੱਥੇ ਕਿਤੇ ਵੀ ਲੋਕ ਬੈਠੇ ਆ ਉਹਨਾਂ 'ਚ ਚਮਕੀਲੇ ਦੇ ਫੈਨਸ ਦੀ ਬਹੁਤ ਵੱਡੀ ਗਿਣਤੀ ਆ। ਮੈਂ ਸਮਝਦਾ ਕਿ ਤੁਸੀਂ ਚਮਕੀਲੇ ਦੇ ਉੱਤੇ ਕੁਛ ਰਿਸਰਚ ਪੇਪਰ ਲਿਖਿਆ ਜਾਂ ਕੋਈ ਕਹਾਣੀ ਲਿਖ ਰਹੇ ਹੋ, ਉਹਦਾ ਮਕਸਦ ਕੀ ਹੈ? ਉਹਦੇ 'ਤੇ ਲਿਖਿਆ, ਉਹ ਕਹਾਣੀ ਸਿਆਲ 'ਚ ਹੀ ਬਣਦੀ ਹੈ ਸਾਡੇ ਤਾਂ ਫਿਲਮ, ਉੱਥੇ ਗਰਮੀ 'ਚ ਤਾਂ ਫਿਰ ਫਿਲਮ ਬਣਦੀ ਨਹੀਂ, ਅਤੇ ਮੇਰਾ ਖਿਆਲ ਨਵੰਬਰ ਦਸੰਬਰ 'ਚ ਸ਼ਾਇਦ ਅਸੀਂ ਕਰੀਏ ਸ਼ੂਟ। ਤੁਸੀਂ ਉਹਦੇ ਹੀਰੋ ਹੋਗੇ, ਗਾਓਗੇ, ਪਰ ਵੋਕਲ ਉਹਦੀਆਂ ਹੋਣਗੀਆਂ? ਵੋਕਲ ਤਾਂ ਉਹਨਾਂ ਦੀ ਹੋਣੇ ਚਾਹੀਦੇ ਮੇਰੇ ਕੋਲ, ਬਾਕੀ ਡਿਪੈਂਡ ਕਰਦਾ ਆਪਾਂ ਕਹਾਣੀ ਨੂੰ ਕਿੱਧਰ ਨੂੰ ਲੈ ਕੇ ਜਾਂਦੇ ਹਾਂ। ਜੇ ਕੋਈ ਉੱਦਾਂ ਦਾ ਹੋਇਆ ਤਾਂ ਆਪਾਂ ਲੱਗਦਾ ਤਾਂ ਆਪਾਂ ਗਾਉਣਾ ਜਾਂ ਇੱਧਰ ਉੱਧਰ ਲੈ ਕੇ ਨਹੀਂ ਜਾ ਸਕਦੇ, ਕਿਉਂਕਿ ਉਹ ਤਾਂ ਇੱਕ ਫੈਕਚੁਅਲ ਫਿਲਮ ਹੋਣੀ ਹੈ। ਬਾਇਓਪਿਕ 'ਚ ਜਿਹੜੀ ਆਪਾਂ ਐਕਟਿੰਗ ਕਰੋਗੇ ਉਹਦੀ ਡਬਿੰਗ ਵੀ ਤਾਂ ਆਪਣੀ ਹੋਗੀ ਨਾ, ਇਹ ਤਾਂ ਦੋ ਪਹਿਲੂ ਆ, ਜੇ ਡਬਿੰਗ ਆਪਣੀ ਹੈ ਤਾਂ ਗਾਣੇ ਵੀ ਉਹਨਾਂ ਦੇ ਗਾਏ ਜਾ ਸਕਦੇ, ਪਰ ਡਿਪੈਂਡ ਕਰਦਾ ਆਪਾਂ ਕਹਾਣੀ ਨੂੰ ਕਿਸ ਤਰ੍ਹਾਂ ਲਿਜਾਣਾ। ਅਤੇ ਸਿੰਗਿੰਗ ਦੇ ਵਿੱਚ ਹੁਣ ਕੀ ਐਕਸਪੈਰੀਮੈਂਟ ਚੱਲ ਰਿਹਾ? ਤੁਹਾਡਾ ਇੱਕ ਗੀਤ ਆਇਆ ਹੁਣ ਕਾਲਜ, ਹਾਂਜੀ ਚੱਲ ਗਿਆ ਫਿਰ? ਦੇਖੋ ਹਰ ਬੰਦਾ ਉਸ ਉਮਰ 'ਚੋਂ ਲੰਘ ਕੇ ਆਉਂਦਾ, ਜਿਹੜਾ ਉਸ ਉਮਰ 'ਚੋਂ ਲੰਘਿਆ ਜਾਂ ਲੰਘ ਰਿਹਾ ਹੈ, ਜਿਹਨੇ ਲੰਘਣਾ ਉਹਨੂੰ ਉਹ ਸਬਜੈਕਟ ਅੱਛਾ ਲੱਗੂਗਾ, ਉਹ ਵੀ ਇੱਕ ਸਬਜੈਕਟ ਹੈ। ਹੁਣ ਜਿੱਦਾਂ ਤੁਸੀਂ ਕਾਲਜ ਗਾਣਾ ਸੁਣਦੇ ਹੋ, ਤੁਹਾਨੂੰ ਲੱਗੂ ਅੱਖਾਂ ਵਿੱਚ ਕਿ ਮੇਰੀ ਕਹਾਣੀ ਹੈ। ਸੋ ਇਸ ਤਰ੍ਹਾਂ ਜੇ ਕੋਈ ਸ਼ਰਾਬੀ ਦਾ ਗੀਤ ਲਿਖਦਾ ਤਾਂ ਉਹ ਸ਼ਰਾਬੀ ਦਾ ਹੀ ਲੱਗਣਾ ਚਾਹੀਦਾ, ਉਹ ਸੋਫੀ ਨੂੰ ਨਹੀਂ ਕਦੇ ਵੀ ਚੰਗਾ ਲੱਗੂ। ਸੋ ਇਸ ਕਰਕੇ ਸਬਜੈਕਟ ਜਦੋਂ ਅਲੱਗ ਅਲੱਗ ਲਿਖਦੇ ਹਾਂ, ਅਲੱਗ ਅਲੱਗ ਅੱਖਰ ਲਿਖਦੇ ਹਾਂ, ਕਈ ਵਾਰੀ ਨਵੇਂ ਅੱਖਰ ਦਿਮਾਗ 'ਚ ਬਹੁਤ ਦੇਰ ਬਾਅਦ ਚੜ੍ਹਦੇ ਹਾਂ। ਅੱਛਾ, ਕਈ ਗੀਤ ਹੋਮਿਓਪੈਥੀ ਵਰਗੇ ਨੇ, ਅਸਰ ਬਹੁਤ ਕਰਦੇ ਆ ਆਪਣੇ ਗੀਤ ਥੋੜੇ ਜਿਹੇ ਕਿਤੇ ਕਿਤੇ, ਕਈ ਵਾਰੀ ਉਦਾਂ ਦੇ ਵੀ ਆ ਜਾਂਦੇ, ਥੋੜਾ ਦੇਰ ਬਾਅਦ ਪਤਾ ਲੱਗਦਾ ਵੀ ਅੱਛਾ ਅੱਛਾ ਤਾਂ ਸੀ। ਤੁਹਾਡੀ ਬਹੁਤੀ ਗਾਇਕੀ ਤਾਂ ਮਿਲੀਟੈਂਸੀ ਆ, ਹੋਮਿਓਪੈਥੀ ਘੱਟ, ਭਾਵੇਂ ਹਥਿਆਰਾਂ ਦਾ ਸ਼ੌਕ ਆ ਜਾਂ ਕੈਸੇਟ ਦੇਖੋ ਬਦਲਾ ਨਹੀਂ, ਅਸਲ 'ਚ ਮੈਨੂੰ ਲੱਗਦਾ ਨਾ ਇਹ ਸੁਣਨ ਵਾਲੇ 'ਤੇ ਡਿਪੈਂਡ ਆ, ਤੁਸੀਂ ਸੁਣੇ ਹੀ ਉਹ ਆ। ਮੇਰੀ ਹਰ ਕੈਸੇਟ 'ਚ ਅਲੱਗ ਅਲੱਗ ਗਾਣੇ ਹੁੰਦੇ ਆ। ਟਰੂ, ਪਿਛਲੀ ਕੈਸੇਟ ਜਿਹੜੀ ਹੁਣ ਆਈ ਸੀ ਉਹਦੇ 'ਚ ਇੱਕ ਗਾਣਾ ਸੀ ਪਰਾਤ, ਉਹ ਫੀਮੇਲ ਦਾ ਸੀ, ਇੱਕ ਔਨਲਾਈਨ ਸੀ ਕਟਾਕਸ਼ ਵੀ ਸੀ ਮਿਠਾਸ ਵੀ ਸੀ, ਇਹਦੇ 'ਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ। ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਸੁਣਦੇ ਹੋ। ਮੈਨੂੰ ਲੱਗਦਾ ਤੁਸੀਂ ਜਦੋਂ ਰੇਡੀਓ 'ਤੇ ਵਾਰ ਵਾਰ ਲਾਉਣਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ, ਤੁਹਾਨੂੰ ਲੱਗਦਾ ਵੀ ਇਹੀ ਗਾਣਾ ਗਾਇਆ, ਬਾਕੀ ਅੱਠ ਡਿਫਰੈਂਟ ਹੋਣਗੇ, ਮੇਰੇ ਸਬਜੈਕਟ ਹਮੇਸ਼ਾ ਡਿਫਰੈਂਟ ਹੋਣਗੇ। ਨਹੀਂ ਸੀ ਗੂਗਲ ਦੇ ਵੀ ਤੁਸੀਂ ਜਿਉਂ ਜਿਉਂ ਟੈਕਨੋਲੋਜੀ ਬਦਲੀ ਆ ਉਹ ਵੀ ਸਾਰੇ ਗੀਤ ਚਲਾਉਂਦੇ ਨੇ ਆ, ਪਿਆਰ ਮੁਹੱਬਤ ਦੇ ਗੀਤ ਤੁਹਾਡੇ ਬਹੁਤ ਆਲਾ ਰਹੇ, ਉਹ 'ਚ ਜਜ਼ਬੇ ਆਵਾਜ਼ ਦੀ ਤੁਹਾਡੀ ਜਿਹੜੀ ਆ ਫੀਲਿੰਗ ਉਹਦੇ ਵਿੱਚ ਭਰ ਕੇ ਗਾ ਦੇਣਾ, ਉਹ ਤੁਹਾਡੀ ਵਧੀਆ ਗੱਲਾਂ ਨੇ, ਉਹਦੇ ਵਿੱਚ ਕੋਈ ਡਾਊਟ ਨਹੀਂ। ਲੇਕਿਨ ਹੁਣ ਲੇਟਲੀ ਅਸੀਂ ਕੋਈ ਇਸ ਤਰ੍ਹਾਂ ਦਾ ਗਾਣਾ ਨਹੀਂ ਸੁਣਿਆ ਜਿਸ ਤਰ੍ਹਾਂ ਦੇ ਪਹਿਲਾਂ ਜਜ਼ਬਾਤੀ, ਨੋ ਨੋ ਨੋ, ਜਿਹੜੇ ਜਜ਼ਬਿਆਂ ਭਰਪੂਰ ਪਿਆਰ ਮੁਹੱਬਤ ਦੇ ਗੀਤ। ਤੁਸੀਂ ਪਰਾਤ ਵਾਲਾ ਸੁਣਿਆ ਨਹੀਂ? ਮਿਲਿਆ ਜੀ, ਉਹਦੇ ਦੋ ਬੋਲ ਸੁਣਾਓ ਸਰ। ਹੱਥ 'ਚੋਂ ਪਰਾਤ ਛੁੱਟ ਗਈ, ਨਹੀਂ ਤੁਸੀਂ ਸੁਣੇ ਨਹੀਂ ਵੀ ਮੈਂ ਰੋਣਾ ਨਹੀਂ? ਨਹੀਂ ਨਹੀਂ ਨਹੀਂ, ਮੈਂ ਸੁਣਿਆ ਤਾਂ ਹੈ ਪਰ ਤੁਰੰਤ ਨਹੀਂ ਸੁਣਾਓ। ਓਕੇ ਜੀ। ਹੱਥ 'ਚੋਂ ਪਰਾਤ ਛੁੱਟ ਗਈ, ਕਿਹਨੇ ਮਾਰਿਆ ਗਲੀ ਵਿੱਚ ਗੇੜਾ, ਜਾਂਦੇ ਦੀ ਮੈਂ ਪਿੱਠ ਦੇਖ ਲਈ, ਹਾਏ ਹਾਏ, ਜਾਂਦੇ ਦੀ ਮੈਂ ਪਿੱਠ ਦੇਖ ਲਈ, ਮੁੱਖ ਵੇਖ ਸਕੀ ਨਾ ਤੂੰ ਕਿਹੜਾ, ਹੱਥ 'ਚੋਂ ਪਰਾਤ ਛੁੱਟ ਗਈ। ਜਦ ਤੁਸੀਂ ਬਾਈ ਜੀ ਗੀਤ ਲਿਖਦੇ ਹੋ ਫਿਰ ਉਦੋਂ ਕੀ ਅਵਸਥਾ ਹੁੰਦੀ ਹੈ ਜਿਹੜੇ ਅੱਛੇ ਗੀਤ ਆਏ? ਕੈਰੈਕਟਰ ਦੀ ਅਵਸਥਾ ਹੁੰਦੀ ਹੈ ਜਿਸ 'ਤੇ ਲਿਖਿਆ ਜਾਂਦਾ,
रात जो छुट रही है तो किस अवस्था चो कुड़ी होगी जिड़ी ये जिक्र कर रही है जिदे वलवले थोनू आइडिया हो जाता भी आ गीत हिट हो जाना मेरे गाने दे जो ना मैं कदे सोच के नहीं लगता हिट होना चाहिए सुपर हिट मैं लगता है क्रिएटिव का की मतलब है जिहड़ा क्रिएट करके दे जिहड़ा बंदा जिहड़ा एक जवान मुंडा जिन्हों डीजे ते नचण का शौक है उन्होंने तो ढोल चाहिए ढोल च बोल भरो ना भरो ढोल अपने आप च बहुत बड़ी हिट चीज है ढोल दे नाल बैकिंग अच्छी है तो अपने आप च हिट है 84 या 90 का टैंपो तुसीं ला दो अपने आप च हिट है डीजे ते मेरे हिसाब से है कि जिस करैक्टर बारे लिखना वो पूरी डिटेल होनी चाहिए तो मैं कदे सोच के नहीं लिखता कि आ गाना कौन है मैं पिछली बार गया इस कैसेट च मिले सारे गाने ज्यादा स्लो ही रखे हुए हैं ਤੁਸੀਂ ਸਮਾਜਿਕ ਤੌਰ ਤੇ ਬਹੁਤ ਅਵੇਅਰ ਹੋ ਬਹੁਤ ਚੌਕਸ ਹੋ ਹੁਣ ਇੱਥੇ ਵੀ ਤੁਸੀਂ ਜਿਹੜੀ ਕੈਨੇਡਾ ਦੇ ਸਿਸਟਮ ਨਹੀਂ ਸਮਝਦੇ ਹੋ ਅਲਬਰਟਾ ਚ ਕੁਦਰਤੀ ਆਫਤਾ ਪਈ ਜੰਗਲੀ ਅੱਗ ਲੱਗ ਗਈ ਉਹਨਾਂ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਮੈਂ ਖਾਸਾ ਸਮਾਜਿਕ ਆਪਣੇ ਆਪ ਨੂੰ ਦਾਅਵਾ ਤਾਂ ਨਹੀਂ ਕਰਦਾ ਬਟ ਮੈਨੂੰ ਪਤਾ ਨਹੀਂ ਮੇਰੇ ਅੰਦਰ ਕੁਛ ਉਦਾਂ ਦੀ ਚੀਜ਼ ਹੈ ਸ਼ਾਇਦ ਲਿਖਣ ਵਾਲੇ ਹਰ ਲਿਖਣ ਵਾਲੇ ਦੀ ਜਜ਼ਬਾਤ ਉਸ ਤਰ੍ਹਾਂ ਦੇ ਹੁੰਦੇ ਇਹ ਜ਼ਰੂਰੀ ਨਹੀਂ ਕਿ ਹਰ ਲਿਖਣ ਵਾਲਾ ਅਫੋਰਡ ਕਰ ਸਕੇ ਨਾ ਬਟ ਉਹਦੇ ਅੰਦਰ ਇੱਕ ਕਸਕ ਤਾਂ ਹੁੰਦੀ ਹੈ ਅਸੀਂ ਮੈਂ ਤਾਂ ਪਹਿਲਾਂ ਹੀ ਕਿਹਾ ਹੈ ਕਿ ਜਿਹੜੇ ਸਾਡੇ ਉੱਤੇ ਖੁਦਕੁਸ਼ੀਆਂ ਕਰਦੇ ਉਹਨਾਂ ਦੇ ਜਿਹੜੇ ਬੱਚੇ ਹੈ ਉਹਨਾਂ ਦੀ ਪੜ੍ਹਾਈ ਦਾ ਜੁੰਮਾ ਅਸੀਂ ਇਸ ਵਾਰ ਚੱਕਣਾ ਉਹਦੇ 'ਚ 200 ਵੀ ਹੋ ਸਕਦਾ 400 ਵੀ ਹੋ ਸਕਦਾ ਜਿਹਨਾਂ ਫੈਮਲੀਆਂ 'ਚ ਕੋਈ ਉਹਨਾਂ ਨੂੰ ਪੜ੍ਹਾਉਣਾ ਹੋਵੇ ਉਹ ਇੱਕ ਅਸੀਂ ਸੰਸਥਾ ਬਣਾਈਏ ਵਨ ਹੋਪ ਵਨ ਚਾਂਸ ਅਤੇ ਅਸੀਂ ਟੋਰਾਂਟੋ ਸ਼ੋਅ 'ਚ ਮੈਂ ਆਉਂਦੀ ਪਹਿਲੀ ਗੱਲ ਇਹੀ ਅਨਾਊਂਸ ਕਰੀ ਸੀ ਕਿ ਮੈਂ ਆਪਦੀ ਜਿੰਨੀ ਵੀ ਇਹ ਕਨੇਡਾ ਮੈਂ ਕੰਮ ਕਰਨਾ ਹੈ ਇਸ ਕਮਾਈ 'ਚੋਂ 20% ਉਹਨਾਂ ਲੋਕਾਂ ਨੂੰ ਦੇਵਾਂਗੇ ਉਹ ਪੂਰਾ ਤੁਹਾਨੂੰ ਪ੍ਰੋਪਰ ਸਾਈਟ 'ਤੇ ਮਿਲੂਗਾ ਕੋਈ ਹੋਰ ਸੱਜਣ ਵੀ ਇਮਦਾਦ ਕਰਨੀ ਚਾਹੁੰਦੇ ਹੋਣਗੇ ਉਹ ਉਹਨਾਂ ਨੂੰ ਅਸੀਂ ਰਸਤਾ ਦੱਸ ਦਾਂਗੇ ਉਹਦੀ ਉਹਦੇ ਲਈ ਮੈਂ ਕਿਸੇ ਨੂੰ ਇਹ ਨਹੀਂ ਕਹੂੰਗਾ ਵੀ ਤੁਸੀਂ ਸਾਡੀ ਸਾਈਟ ਨੂੰ ਪੈਸੇ ਦਿਓ ਨਾ ਤੁਹਾਨੂੰ ਅਕਾਊਂਟ ਦੱਸਾਂਗੇ ਤੁਸੀਂ ਉਸ ਡਿਟੇਲਿੰਗ ਦੇ ਹਿਸਾਬ ਨਾਲ ਸਿੱਧੇ ਕਿਸੇ ਦੇ ਘਰ ਪੈਸੇ ਪਹੁੰਚਾ ਸਕਦੇ ਹੋ ਮੈਨੂੰ ਲੱਗਦਾ ਕਿ ਜਿਹੜਾ ਕੋਈ ਵੀ ਬੱਚਾ ਉਹ ਚੰਗੇ ਭਵਿੱਖ ਉਹਨੂੰ ਚਾਹੀਦਾ ਚਾਹੇ ਉਹ ਗਰੀਬ ਹੈ ਜਾਂ ਅਮੀਰ ਹੈ ਜਿਹੜੇ ਲੋੜਵੰਦ ਉਹਨਾਂ ਦੀ ਜੇ ਇਮਦਾਦ ਹੋ ਜਾਵੇ ਤਾਂ ਮੈਨੂੰ ਲੱਗਦਾ ਕੈਨੇਡਾ ਦੇ ਇਤਿਹਾਸ 'ਚ ਸ਼ਾਇਦ ਪਤਾ ਨਹੀਂ ਮੈਂ ਇੱਥੇ ਰਹਿੰਦਾ ਨਹੀਂ ਸ਼ਹਿਰ ਦਾ ਮੱਚ ਜਾਣਾ ਅਤੇ ਇਸ ਦੁੱਖ 'ਚ ਅਸੀਂ ਵੀ ਸ਼ਰੀਕ ਹੈ ਜਦੋਂ ਸਾਡਾ ਕੈਲਗਰੀ ਸ਼ੋਅ ਵੀ ਹੈ ਅਤੇ ਉਸ ਦਿਨ ਸਾਡੇ ਜਿਹੜੇ ਔਰਗੇਨਾਈਜ਼ਰ ਹੈ ਮੇਰੇ ਸਾਡੇ ਮਿੱਤਰ ਹੈ ਆਪਣੇ ਅਸੀਂ ਆਪਦੇ ਹੈਸੀਅਤ ਦੇ ਹਿਸਾਬ ਨਾਲ ਉੱਥੇ ਜਿਹੜੀ ਵੀ ਕੋਈ ਹੋਰ ਸੰਸਥਾ ਉਹਨਾਂ ਪਰਿਵਾਰਾਂ ਨੂੰ ਫੂਡ ਸਪਲਾਈ ਕਰਦੀ ਹੈ ਕੱਪੜਾ ਉੱਥੇ ਅਸੀਂ ਅਨਾਊਂਸ ਕਰਾਂਗੇ ਆਪਣੇ ਗਰੁੱਪ ਵੱਲੋਂ ਮਾਲੀ ਮਦਦ ਜਿੰਨੀ ਸਾਡੀ ਔਕਾਤ ਹੈ ਹੋਰ ਅਖੀਰ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਫੈਨਸ ਬਸ ਮਹਾਰਾਜ ਮਿਹਰ ਕਰੇ ਸਮਤ ਬਖਸ਼ੇ ਚੰਗੀ ਬੁੱਧੀ ਬਖਸ਼ੇ ਨਵੀਂ ਜਨਰੇਸ਼ਨ ਇੰਨੀ ਤੇਜ਼ ਹੋਵੇ ਕਿ ਹਰ ਸਵਾਲ ਦਾ ਉਹਨਾਂ ਕੋਲ ਜਵਾਬ ਹੋਵੇ ਅਤੇ ਹਰ ਬੰਦੇ ਨੂੰ ਉਹਨਾਂ ਕੋਲ ਸਵਾਲ ਕਰਨ ਦੀ ਸਮਰੱਥਾ ਹੋਵੇ ਬੇਲੋੜੀਆਂ ਆਵਾਜ਼ਾਂ ਜਾਂ ਬਿਨਾਂ ਗੱਲੋਂ ਲਾਲਾ 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 ਇਹ ਬੰਦ ਹੋਵੇ ਕਿਉਂਕਿ ਦੁਨੀਆਂ ਨੂੰ ਦੋ ਤਰੀਕਿਆਂ ਨਾਲ ਜਿੱਤਿਆ ਜਾ ਸਕਦਾ ਜਾਂ ਤਾਂ ਪਿਆਰ ਨਾਲ ਜਿੱਤਿਆ ਜਾ ਸਕਦਾ ਜਾਂ ਤੁਸੀਂ ਬਹੁਤ ਇੰਟੈਲੀਜੈਂਟ ਹੈ ਜਿੱਦਾਂ ਜੀਵਿਸ਼ ਕੌਮ ਨੇ ਕੀਤਾ ਅਤੇ ਜਾਂ ਫਿਰ ਅਮਰੀਕਾ ਤੁਸੀਂ ਵੀ ਕਿਤੇ ਵੀ ਅਟੈਕ ਕਰਕੇ ਆਪਦੇ ਬੰਦੇ ਛਡਾ ਲਿਆਉਂਦਾ ਹਾਲੀਵੁੱਡ ਦੀਆਂ ਫਿਲਮਾਂ ਨੂੰ ਤਾਂ ਮੈਨੂੰ ਲੱਗਦੀ ਹੈ ਕਿ ਜਿਹੜੀਆਂ ਮਨਿਓਰਟੀਜ਼ ਹੈ ਦੁਨੀਆਂ 'ਚ ਕਿਤੇ ਵੀ ਉਹਨਾਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਅਤੇ ਤਾਲੀਮ ਦੀ ਲੋੜ ਹੈ ਤਾਂ ਕਿ ਉਹ ਆਪਦੀ ਗੱਲ ਕਹਿਣ ਦੀ ਸਮਰੱਥਾ ਰੱਖਣ ਦੁਨੀਆਂ ਦੇ ਕਿਸੇ ਵੀ ਮੰਚ 'ਤੇ ਆਪਸ 'ਚ ਗੱਲਾਂ ਕਰਨੀਆਂ ਜਾਂ ਆਪਸ 'ਚ ਹੀ ਲੜੀ ਜਾਣਾ ਪੰਜਾਬੀ ਪੰਜਾਬੀ ਨਾਲ ਨਾ ਲੜੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਅਤੇ ਮੈਨੂੰ ਕਿਸੇ ਨੇ ਪੁੱਛਿਆ ਸੀ ਵੀ ਵੋਟਾਂ ਬਾਰੇ ਗੱਲ ਕਰੀ ਸੀ ਮੈਂ ਕਿਹਾ ਨਹੀਂ ਮੈਂ ਨਹੀਂ ਕਰੂੰਗਾ ਵੋਟਾਂ ਦਾ ਇਹ ਡਿਸਿਪਲਿਨ ਹੋਣਾ ਚਾਹੀਦਾ ਮੇਰੇ ਖਿਆਲ ਕਿ ਜਿੰਨੀਆਂ ਵੀ ਸਿਆਸੀ ਪਾਰਟੀ ਉਹਨੂੰ ਦੋ ਦੋ ਮਹੀਨੇ ਦਿਓ ਜਿਹਦੀ ਕਾਰਜਸ਼ੈਲੀ ਵਧੀਆ ਹੋਊਗੀ ਉਹਨੂੰ 5 ਸਾਲ ਲਾਓ ਇਹ ਲੋਕਾਂ ਦਾ ਇੱਦਾਂ ਦੇ ਸਿਸਟਮ ਹੋਣੇ ਚਾਹੀਦੇ ਆ ਫਿਰ ਤਾਂ ਫਿਰ ਉਹ ਅਸਲੀ ਸਿਆਸਤ ਹੋਊਗੀ